ਬਠਿੰਡਾ ਦੇ ਹਾਲਾਤ ਜੋ ਨੇ ਇਸ ਵਕਤ ਇਸ ਤਰੀਕੇ ਦੇ ਨੇ ਕਿ ਗੱਡੀਆਂ ਜੋ ਨੇ ਇੱਥੇ ਡੁੱਬਣੀਆਂ ਸ਼ੁਰੂ ਹੋ ਗਈਆਂ ਨੇ। ਇਸ ਵਕਤ ਅਸੀਂ ਪਾਵਰ ਹਾਊਸ ਰੋਡ ਤੇ ਖੜੇ ਆ, ਤੁਸੀਂ ਵੇਖ ਸਕਦੇ ਹੋ ਹਾਲਾਤ ਜੋ ਨੇ। ਇੱਕ ਟਰੈਕਟਰ ਇੱਥੇ ਹੈਗਾ ਜੋ ਕਿ ਤਕਰੀਬਨ ਬਿਲਕੁਲ ਹੀ ਡੁੱਬਿਆ ਹੋਇਆ ਹੈ। ਇਹਦੇ ਉੱਤੇ ਅਸੀਂ ਖੜੇ ਆ ਤੇ ਦੂਰ ਤੱਕ ਲੋਕ ਜੋ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਰਸਤਾ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜੋ ਰਸਤਾ ਪਾਰ ਕਰਨਾ ਬਿਲਕੁਲ ਹੀ ਨਾਮੁਮਕਿਨ ਹੈ। ਬਿਲਕੁਲ ਮੇਰੀ ਬੈਕ ਸਾਈਡ ਦੀ ਗੱਲ ਕਰੀਏ ਤਾਂ ਇੱਥੇ ਇੱਕ ਬੱਸ ਖੜੀ ਹੈ ਜੋ ਕਿ ਉਹ ਵੀ ਜੋ ਹੈ ਕਰੀਬ ਅੱਧੀ ਡੁੱਬ ਚੁੱਕੀ ਹੈ। ਸੀਟਾਂ ਦੇ ਅੰਦਰ ਤੱਕ ਜੋ ਉਹਦੇ ਪਾਣੀ ਜਾ ਚੁੱਕਿਆ, ਪਰ ਦੱਸਿਆ ਜਾ ਰਿਹਾ ਕਿ ਬੱਸ ਕਈ ਦਿਨਾਂ ਤੋਂ ਇੱਥੇ ਹੀ ਖੜੀ ਹੈ। ਅਤੇ ਆਹ ਟਰੈਕਟਰ ਜੋ ਹੈ ਜੋ ਨੇ ਪਿਆਜ਼ ਵੇਚਣ ਦਾ ਕੰਮ ਕਰਦੇ ਨੇ, ਪਰ ਅੱਧ ਵਿਚਕਾਰ ਹੀ ਇਹਨਾਂ ਨੂੰ ਰੁਕਣਾ ਪੈ ਗਿਆ ਇੱਥੇ, ਕਿਉਂਕਿ ਕੋਈ ਵੀ ਰਸਤਾ ਨਹੀਂ ਸੀਗਾ ਅੱਗੇ ਜਾਣ ਦਾ। ਵਿਚਕਾਰ ਜੋ ਹੈ ਟਰੈਕਟਰ ਇਹਨਾਂ ਦਾ ਬੰਦ ਹੋ ਗਿਆ, ਇਸ ਕਰਕੇ ਇਹਨਾਂ ਨੂੰ ਇੱਥੇ ਰੁਕਣਾ ਪਿਆ। ਅਤੇ ਦੂਰ ਤੱਕ ਦੀ ਗੱਲ ਕਰੀਏ ਤਾਂ ਇਸ ਤੋਂ ਅੱਗੇ ਜਾ ਕੇ ਪਾਣੀ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ। ਅਤੇ ਹਾਲਾਤ ਇਸ ਤਰੀਕੇ ਦੇ ਨੇ ਕਿ ਪ੍ਰਸ਼ਾਸਨ ਜੋ ਹੈ ਇੱਥੇ ਪੂਰੇ ਤਰੀਕੇ ਨਾਲ ਫੇਲ ਸਾਬਿਤ ਹੋ ਰਿਹਾ ਹੈ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣਾ ਦੂਰ ਦੀ ਗੱਲ ਕਿਸੇ ਨੇ ਹੁਣ ਤੱਕ ਸਾਰ ਤੱਕ ਨਹੀਂ ਲਈ ਹੈ। ਇੱਥੇ ਲੋਕ ਜੋ ਨੇ ਪਰੇਸ਼ਾਨ ਨੇ, ਤੁਸੀਂ ਵੇਖ ਸਕਦੇ ਬਜ਼ੁਰਗ ਜੋ ਬਾਜ਼ਾਰ ਵਿੱਚੋਂ ਸਮਾਨ ਵਗੈਰਾ ਲੈ ਕੇ ਆ ਰਹੇ ਨੇ, ਕਾਫੀ ਕੜੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜੇਕਰ ਕੋਈ ਜਵਾਨ ਹੁੰਦਾ ਤਾਂ ਹੋ ਸਕਦਾ ਪਾਣੀ ਦੇ ਵਿੱਚ ਦੇ ਨਿਕਲ ਜਾਂਦਾ, ਪਰ ਬਜ਼ੁਰਗਾਂ ਲਈ ਕਾਫੀ ਵੱਡੀ ਗੱਲ ਹੈ। ਇਸ ਤਰੀਕੇ ਨਾਲ ਪਾਣੀ ਪਾਰ ਕਰਨਾ ਕਰੀਬ ਲੱਕ ਤੋਂ ਉੱਪਰ ਤੱਕ ਜੋ ਹੈ ਛਾਤੀ ਤੱਕ ਪਾਣੀ ਜੋ ਹੈ ਇਹਨਾਂ ਦਾ ਪਹੁੰਚਣ ਵਾਲਾ ਹੈ। ਲੋਕ ਮਦਦ ਜ਼ਰੂਰ ਕਰ ਰਹੇ ਇਹਨਾਂ ਦੀ, ਇੱਕ ਦੂਜੇ ਦਾ ਹੱਥ ਜ਼ਰੂਰ ਵਟਾ ਰਹੇ ਨੇ ਤਾਂ ਕਿ ਜੋ ਹੈ ਲੋਕ ਆਪਣੇ ਘਰਾਂ ਤੱਕ ਜੋ ਹੈ ਪਹੁੰਚ ਸਕਣ। ਪਰ ਦੂਰ ਤੱਕ ਦੀ ਗੱਲ ਕੀਤੀ ਜਾਏ ਨਾਲ ਹੀ ਬੱਸ ਸਟੈਂਡ ਹੈ, ਉਸ ਤੋਂ ਅਗਲੇ ਪਾਸੇ ਜੋ ਹੈ ਪੁਲਿਸ ਲਾਈਨ ਆ ਜਾਂਦੀ ਹੈ। ਬਿਲਕੁਲ ਪੋਸ਼ ਏਰੀਆ ਇਹ ਬਠਿੰਡੇ ਦਾ ਹੈ ਜਿੱਥੇ ਕਿ ਇਸ ਵਕਤ ਹਾਲਾਤ ਜੋ ਨੇ ਬਿਲਕੁਲ ਹੀ ਬਾੜ ਵਰਗੇ ਬਣੇ ਹੋਏ ਨੇ, ਜਿੱਥੇ ਕਿ ਕਿਹਾ ਜਾਵੇ ਕਿ ਜੋ ਇੱਕ ਬਾੜ ਦੀ ਸਥਿਤੀ ਹੁੰਦੀ ਹੈ ਉਹ ਬਠਿੰਡਾ ਵਿੱਚ ਪੈਦਾ ਹੋ ਗਈ ਹੈ। ਲੋਕਾਂ ਕੋਲ ਨਾ ਤਾਂ ਕੰਮ 'ਤੇ ਜਾਣ ਨੂੰ ਕੋਈ ਰਸਤਾ ਬਚਿਆ ਹੈ ਅਤੇ ਨਾ ਹੀ ਉਹਨਾਂ ਨੂੰ ਖਾਣ ਪੀਣ ਨੂੰ ਕੁਛ ਮਿਲ ਰਿਹਾ ਹੈ। ਜੋ ਇੱਥੋਂ ਦੇ ਲੋਕ ਨੇ ਉਹਨਾਂ ਦੀ ਗੱਲ ਕਰੀਏ ਤਾਂ ਗੱਲ ਕਰਨ ਦੀ ਜ਼ਰੂਰ ਉਹਨਾਂ ਨਾਲ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰਕਾਰ ਇਸ ਪੂਰੇ ਮਾਮਲੇ 'ਤੇ ਉਹ ਕੀ ਸੋਚਦੇ ਨੇ, ਕੁਛ ਉਹਨਾਂ ਨੂੰ ਮਿਲ ਵੀ ਰਿਹਾ ਹੈ ਜਾਂ ਫਿਰ ਨਹੀਂ। ਤੁਹਾਡਾ ਕੀ ਨਾਮ ਹੈ? ਕੁਲਦੀਪ ਸਿੰਘ ਜੀ। ਕੁਲਦੀਪ ਜੀ, ਕਿੰਨੇ ਟਾਈਮ ਤੋਂ ਇੱਥੇ ਫਸੇ ਖੜੇ ਹੋ? ਸਾਨੂੰ 2 ਘੰਟੇ ਹੋ ਗਏ। ਕਿਵੇਂ ਅੱਜ ਪਾਣੀ ਤੋਂ ਪਿੱਛੋਂ ਕਿਵੇਂ ਪਾਰ ਕਰਕੇ ਅਤੇ ਅੱਗੇ ਕੀ ਪ੍ਰੋਬਲਮ ਆ ਗਈ? ਪਿੱਛੋਂ ਅੱਗੇ ਵੀ ਆਈ ਆ ਜੀ, ਪਿੱਛੇ ਵੀ ਆਈ ਆ ਰੋਡ, ਔਰ ਬਹੁਤ ਤਕਲੀਫ ਹੋ ਰਹੀ ਆ। ਹੁਣ ਵੇਖ ਲਓ 2-3 ਹਜ਼ਾਰ ਦਾ ਨੁਕਸਾਨ ਹੋ ਗਿਆ, ਬਸ ਹੋਰ ਕੀ। ਰੋਜੀ ਰੋਟੀ ਤੁਹਾਡੀ ਗੰਢੇ ਵੇਚ ਕੇ ਚੱਲਦੀ ਹੈ, ਹੁਣ ਜੇਕਰ ਇੱਥੋਂ ਨੂੰ ਕਢਾਓਗੇ ਵੀ ਟਰੈਕਟਰ ਨੂੰ ਕਿੰਨਾ ਕੁ ਤੁਹਾਡਾ ਖਰਚਾ ਹੋਰ ਲੱਗ ਜੂਗਾ? ਇਹ 5-6 ਹਜ਼ਾਰ ਤੋਂ ਘੱਟ ਨਹੀਂ ਨਿਕਲਦਾ ਜੀ, ਕਿਉਂਕਿ ਮਗਲੈਲ 'ਚ ਵੀ ਪਾਣੀ ਪੂਣੀ ਪੈ ਗਿਆ ਅਤੇ ਕੋਈ ਮਸ਼ੀਨ ਵਾਲਾ ਲੈ ਜੂਗਾ 6-7 ਹਜ਼ਾਰ ਰੁਪਈਆ। ਤਾਂ ਕੁੱਲ ਮਿਲਾ ਕੇ ਹਾਲਾਤ ਜੋ ਨੇ ਬਠਿੰਡਾ ਦੇ ਇਸ ਵਕਤ ਚਿੰਤਾਜਨਕ ਹੁੰਦੇ ਜਾ ਰਹੇ ਨੇ। ਅਸਮਾਨ ਦੀ ਗੱਲ ਕਰੀਏ ਤਾਂ ਮੁੜ ਤੋਂ ਜੋ ਹੈ ਕਾਲੀ ਘਟਾ ਇੱਥੇ ਛਾਣੀ ਸ਼ੁਰੂ ਹੋ ਗਈ ਹੈ, ਤਾਂ ਇਹ ਗੱਲ ਬਿਲਕੁਲ ਹੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਕਿਉਂਕਿ ਜਿੱਥੇ ਲੋਕ ਅੱਜ ਪਰੇਸ਼ਾਨ ਨੇ, ਕੋਈ ਵੀ ਰਸਤਾ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਬਾਹਰ ਜਾਣ ਤਾਂ ਉਹ ਕਿਵੇਂ ਜਾਣ। ਰੋਜ਼ੀ ਰੋਟੀ ਵਾਸਤੇ ਉਹਨਾਂ ਨੇ ਜਾਣਾ ਹੁੰਦਾ ਹੈ, ਰੋਜ਼ਗਾਰ 'ਤੇ ਆਪਣੇ ਜਾਣਾ ਹੈ, ਤਾਂ ਉਹਨਾਂ ਕੋਲ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ ਉਹਨਾਂ ਨੂੰ ਕਿ ਕਿਵੇਂ ਜਾਣ ਉਹ, ਤਾਂ ਅਜਿਹੇ ਵਿੱਚ ਪਰੇਸ਼ਾਨੀ ਹੋਣੀ ਬਿਲਕੁਲ ਜੋ ਹੈ ਇੱਕ ਸਧਾਰਨ ਗੱਲ ਹੈ, ਕਿਉਂਕਿ ਰਸਤਾ ਜੋ ਹੈ ਉਹ ਕੋਈ ਵੀ ਨਹੀਂ ਬਚਿਆ। ਤੁਸੀਂ ਵੇਖ ਸਕਦੇ ਹੋ ਪਾਣੀ ਦੇ ਹਾਲਾਤ ਇਸ ਤਰੀਕੇ ਦੇ ਨੇ ਕਿ ਇੱਥੇ ਪਾਣੀ ਵਿਸਦੀ ਟੱਪ ਕੇ ਜਾਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਤਾਂ ਤੁਸੀਂ ਸ਼ਹਿਰ ਵਾਸੀ ਵੀ ਇੱਥੇ ਮੌਜੂਦ ਨੇ, ਇਹਨਾਂ ਤੱਕ ਸਾਡੇ ਤੋਂ ਪਹੁੰਚ ਨਹੀਂ ਹੋ ਸਕਦੀ ਕਿਉਂਕਿ ਪਾਣੀ ਜੋ ਅੱਗੇ ਜਾ ਕੇ ਦੱਸਿਆ ਜਾ ਰਿਹਾ ਕਾਫੀ ਜ਼ਿਆਦਾ। ਫਿਲਹਾਲ ਹਾਲਾਤ ਜੋ ਬਠਿੰਡਾ ਦੇ ਨੇ ਕਾਫੀ ਚਿੰਤਾਜਨਕ ਨੇ, ਇੱਥੇ ਤੱਕ ਪਹੁੰਚਦੇ ਪਹੁੰਚਦੇ ਸਾਨੂੰ ਕੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਪਰ ਤੁਹਾਨੂੰ ਹਾਲਾਤ ਦਿਖਾਣੇ ਬੇਹੱਦ ਜ਼ਰੂਰੀ ਸੀਗੇ। ਅਤੇ ਜੋ ਲੋਕ ਰੋਜੀ ਰੋਟੀ ਕਰ ਰਹੇ ਨੇ ਇਹ ਵੀ ਸਾਡੇ ਨਾਲ ਮੌਜੂਦ ਨੇ, ਕਿਆ ਨਾਮ ਆਪਕਾ? ਬਬਲੂ ਜੀ। ਬਬਲੂ ਜੀ, ਕਹਾਂ ਕੇ ਰਹਿਣੇ ਵਾਲੇ ਹੋ? ਮੈਂ ਆਗਰਾ ਕੇ ਰਹਿਣਾ ਹਾਂ ਸਰ। ਯਹਾਂ ਕੈਸੇ ਪਹੁੰਚੇ ਹੋਏ ਹੋ? ਯਹਾਂ ਰਿਕਸ਼ਾ ਚਲਾਤਾ ਹੂੰ, ਰੋਜੀ ਰੋਟੀ ਕਮਾਤਾ ਹੂੰ ਬੱਚੋਂ ਕੇ ਲੀਏ। ਰਿਕਸ਼ਾ ਚਲਾ ਕੇ ਰੋਜੀ ਰੋਟੀ ਕਮਾਤਾ ਹੂੰ ਮੈਂ। ਆਜ ਪਾਣੀ ਆ ਗਿਆ ਤੋ ਆਜ ਕਾਮ ਕੈਸਾ ਹੈ ਆਪਕਾ? ਆਜ ਕਾਮ ਮੇਰਾ ਬਿਲਕੁਲ ਮੰਦਾ ਹੈ, ਕਿਉਂਕਿ ਕਾਮ ਹੀ ਨਹੀਂ ਹੈ, ਜਬ ਸਵਾਰੀ ਨਹੀਂ ਬੈਠੇਗੀ ਰਿਕਸ਼ੇ ਮੈਂ, ਇਤਨੇ ਇਤਨੇ ਪਾਣੀ ਮੈਂ ਕੈਸੇ ਚਲੂੰਗਾ? ਤੋ ਘਰ ਬਾਰ ਫਿਰ ਕੈਸਾ ਚਲਾਓਗੇ ਅੱਜ? ਖਾਣੇ ਵਗੈਰਾ ਕਿਆ ਪ੍ਰਬੰਧ ਕੀ? ਕੋਈ ਬਾਤ ਨਹੀਂ, ਚਲਾ ਲੇਂਗੇ, ਜਬ ਜੈਸੇ ਚਲਤਾ ਹੈ ਵੈਸੇ ਚਲਾ ਲੇਂਗੇ। ਗਰੀਬੀ ਆਜ ਨੂਨ ਸੇ ਨਮਕ ਰੋਸੇ ਰੋਟੀ ਖਾ ਲਾਂਗੇ, ਔਰ ਕਿਆ ਹੈ। ਕਿਆ ਲੱਗਦਾ ਕਿਤਨੇ ਦਿਨ ਤੱਕ ਇਹ ਹਾਲਾਤ ਐਸੇ ਰਹਿਣੇ ਵਾਲੇ? ਅਬ ਇਹ ਤੋ ਉੱਪਰ ਵਾਲੇ ਕੀ ਮਰਜ਼ੀ ਹੈ, ਆਪ ਸਰਕਾਰ ਕੀ ਮਰਜ਼ੀ ਹੈ, ਸਰਕਾਰ ਜੋ ਕਰੇਗੀ ਉਹ ਕਰੇਗੀ, ਉੱਚੀ ਰੋਡ ਉੱਚੇ ਕਰਾ ਦੇ ਰੋਡ, ਔਰ ਕੀ ਹੈ ਸਰ। ਤਾਂ ਕੁੱਲ ਮਿਲਾ ਕੇ ਜੋ ਹਾਲਾਤ ਜੋ ਨੇ ਇੰਨੇ ਜ਼ਿਆਦਾ ਖਰਾਬ ਨੇ ਕਿ ਇੱਥੋਂ ਪਾਣੀ ਵਿੱਚੋਂ ਲੰਘਣਾ ਜੋ ਹੈ ਬੇਹੱਦ ਮੁਸ਼ਕਿਲ ਹੈ। ਫਿਲਹਾਲ ਵੇਖਦੇ ਹਾਂ ਕਿ ਪ੍ਰਸ਼ਾਸਨ ਪਾਣੀ ਨੂੰ ਇੱਥੋਂ ਬਾਹਰ ਕੱਢਣ ਵਾਸਤੇ ਜੋ ਡਿਸਪੋਜ਼ਲਸ ਵਗੈਰਾ ਇਹਨਾਂ ਦਾ ਇਸਤੇਮਾਲ ਕਰਦਾ ਹੈ ਜਾਂ ਫਿਰ ਲੋਕਾਂ ਨੂੰ ਆਪਣੇ ਹਾਲਾਤ ਦੇ ਉੱਤੇ ਹੀ ਛੱਡ ਦਿੱਤਾ ਜਾਵੇਗਾ। ਬਠਿੰਡਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।